ਓਏ ਦਾਵਰਾ ਤੇ ਭਾਗੂ ਹੁਣ ਖਮਨੀ ਕਿੱਥੇ ਨਿਕਲ ਗਏ ਆ? ਸਵੇਰ ਦੇ ਗਏ ਆ ਮਾਲ ਹਾਂ, ਕਿਹਦਾ ਮਾਲ ਡੰਗਰ ਆ ਗਿਆ ਹੁਣ? ਓਏ ਭੈਣ ਦੇ ਨੇ ਪਹਿਲੇ ਵੀ ਮਨਾ ਕੀਤਾ ਸੀ। ਓਏ ਦਾਵਰਿਆ, ਓਏ ਦਾਵਰਿਆ ਕਿੱਥੇ ਆ ਤੂੰ? ਓਏ ਆ ਕੇ ਨਾ ਦਾ, ਓਏ ਮਾਲ ਡੰਗਰ ਫੇਰ ਆ ਗਿਆ ਸਾਡੇ ਪੈਲੇ ਵਿੱਚ। ਓ ਬਾਈ, ਓ ਜਵਾਕ, ਓ ਕਾਕਾ, ਓਏ ਹਾਂ ਕਿਹੜਾ ਨਵਾਂ ਹੀ ਕੱਠਾ ਖੁੱਲ ਗਿਆ। ਉਹ ਵੜ ਗਏ ਉਹ ਭੈਣ ਦੇ। ਉਹ ਵੜ ਗਏ ਉਹ ਭੈਣ ਦੇ ਬਾਈ। ਸਲਾਮ ਅਲੈਕਮ ਚੌਰ ਸਾਹਿਬ। ਉਹ ਕਾਕਾ ਤੂੰ ਇੱਥੇ ਲੰਮਾ ਪਿਆ? ਚੌਰ ਸਾਹਿਬ ਮਾਲ ਚਰਨ ਦਿਆ ਸੀ ਨਾ, ਮੈਂ ਤਾਂ ਕਰਕੇ ਮੈਂ ਕਿਹਾ ਮੈਂ ਲੰਮੇ ਪੈ ਜਾਂ। ਤੁਸੀਂ ਖੈਰ ਨਾ, ਤੁਸੀਂ ਕੀ ਹੋਇਆ? ਉੜ ਕੇ ਬੋਲੋ ਕੀ ਹੋਇਆ? ਕੀ ਚੌਰ ਸਾਹਿਬ, ਮਾਲ ਡੰਗਰ ਤੇਰਾ? ਹਾਂਜੀ ਮੇਰਾ ਜੀ। ਇੱਧਰਲਾ ਸਾਰਾ ਕਮਾਦ ਦਾ ਬੇੜਾ ਗਰਕ ਕਰ ਛੜਿਆ ਇੱਧਰ ਦਾ? ਹਾਂ ਇੱਥੇ ਤਾਂ ਤੁਸੀਂ ਫਿਰਨ ਦੇ ਸੀ ਚੌਰ ਸਾਹਿਬ, ਮਾਲ ਤਾਂ ਮੇਰਾ ਇੱਥੇ ਹੀ ਆਉਂਦਾ ਜੀ। ਮੈਂ ਡੇਰੀਓਂ ਸਿੱਧਾ ਵੇਖ ਰਿਹਾ ਸੀ, ਆਹ ਜਿਹੜੀਆਂ ਤੇਰੀਆਂ ਮਹੀਆਂ ਖਲੋਤੀਆਂ ਨਾ, ਪੂਰੇ ਰਕਬੇ ਦੇ ਕਮਾਦ ਦਾ ਬੇੜਾ ਗਰਕ ਕਰ ਛੱਡਿਆ। ਓਏ ਦਾਵਰਿਆ, ਓਏ ਬੰਨ ਓਏ ਸ਼ੁੱਕ, ਇਹ ਉਹ ਕਿਤੇ ਭੈਣ ਦੇਣਾ ਤੈਨੂੰ। ਓ ਦਾਵੜਾ ਕਿੱਥੇ ਆ? ਦਾਵੜਾ ਉੱਥੇ ਮਿੱਟੀ ਸੁੱਟਣ ਦਿਆ ਹੋਣਾ ਜੀ ਕਿਤੇ। ਦਾਵੜਾ ਦਾਵੜਾ ਮੈਂ ਲੈ ਜਾਂਦਾ ਚੁਰ ਸਾਹਿਬ, ਮੱਝਾਂ ਤੂੰ ਲੈ ਜਾਣਾ, ਤੈਨੂੰ ਲਿਜਾਂਦੇ ਆ? ਨਹੀਂ ਨਹੀਂ ਬੰਨਣੀਆਂ ਨਹੀਂ ਹੈਗੀਆਂ, ਮੈਂ ਲੈ ਜਾਂਦਾ ਮੈਂ ਤੁਹਾਡੀ ਮਿਹਰਬਾਨੀ। ਤੈਨੂੰ ਇਹ ਨਹੀਂ ਪਤਾ ਕਿ ਕਿਸੇ ਦੇ ਰਕਬੇ ਦੇ ਵਿੱਚ ਮਾਲ ਡੰਗਰ ਛੱਡ ਕੇ ਤੇ ਇੰਜ ਘੋੜੇ ਵੇਚ ਕੇ ਸੁੱਤਾ ਤੂੰ? ਚੁਰ ਸਾਹਿਬ ਨੀਂਦ ਤੇ ਬੱਲੇ ਹੋ ਤੇਰੇ, ਨੀਂਦ ਸੂਲੀ ਤੇ ਵੀ ਆ ਜਾਂਦੀ ਨੀਂਦ ਚੁਰ ਸਾਹਿਬ। ਨੀਂਦ ਹੁਣ ਤੈਨੂੰ ਮੰਜੇ ਤੇ ਵੀ ਨਹੀਂ ਆਉਣੀ, ਬੰਦਾ ਹੋਵੇ ਤੇ ਮੈਂ ਤੇਰੀ ਧੁਆਈ ਇੰਜ ਦੀ ਕਰਾ ਲੈਣੀ ਆ। ਚੁਰ ਸਾਹਿਬ ਧੁਆਈ ਤੁਹਾਡੀ ਹੋਣ ਵਾਲੀ ਆ, ਪੂਰੇ ਪਿੰਡ ਨੂੰ ਪਤਾ ਮੇਰੀਆਂ ਮੱਝਾਂ ਨਾਲੋਂ ਬਹੁਤਾ ਕਾਲਾ ਰੰਗ ਆ ਤੁਹਾਡਾ। ਖੇਖਣ ਫੇਰ ਕਰ ਲਈ ਹੁਣ ਆਪਣੇ, ਤੂੰ ਪੇ ਨੂੰ ਦੱਸ ਜਾ ਕੇ ਉਹਨੂੰ ਕਹਿ ਚੌਰੀ ਸਬਦ ਨੇ ਮਹੀਆਂ ਸਾਡੀਆਂ ਮੰਨ ਲਈਆਂ, ਹੁਣ ਇੱਥੋਂ ਵਧੀਆ ਮਹੀਆਂ ਕੋਈ ਖੋਲ ਕੇ ਜਾਵੇ। ਤੁਹਾਡੀ ਮਿਹਰਬਾਨੀ ਸਫਦਰ ਜੱਟ ਸਾਹਿਬ। ਸਫਦਰ ਜੱਟ ਦਾ ਉਹ ਜਾਨਵਰ ਹੈਗੇ ਆ, ਜਾਨਵਰਾਂ ਦੇ ਨਾਲ ਮੇਰੇ ਵਾਸਤੇ ਤੂੰ ਵੀ ਜਾਨਵਰ ਆ, ਤੁਸੀਂ ਐਵੇਂ ਜਾਨਵਰ ਨਾਲ ਜਾਨਵਰ ਹੋਣ ਦੇ ਜੇ, ਤੁਸੀਂ ਹੈ ਹੀ ਜਾਨਵਰ ਜੇ। ਇੱਕ ਵਾਰੀ ਮਨਾ ਜੂ ਕੀਤਾ ਕਿ ਸਾਡੇ ਰਕਬੇ ਦੇ ਵਿੱਚ ਕੋਈ ਮਾਲ ਡੰਗਰ ਓਪਰ ਨਾ ਆਵੇ, ਤੁਸੀਂ ਭੈਣ ਦੇਣੇ ਦੇ ਹਟਦੇ ਹੀ ਨਹੀਂ, ਹਟਦੇ ਹੀ ਨਹੀਂ। ਸਫਦਰ ਜੱਟ ਦਾ ਇੱਕ ਨਾਮ ਆ, ਇਹ ਪੂਰੇ 56 ਪਿੰਡ ਚੌਰੀ ਸਫਦਰ ਦਾ ਨਾਮ ਜਪਦੇ ਆ। ਸਫਦਰ ਜੱਟ ਸਾਹਿਬ ਮੈਂ ਲੈ ਚੱਲਾਂ ਆਪਣੀਆਂ ਮੱਝਾਂ, ਤੁਹਾਡੀ ਮਿਹਰਬਾਨੀ। ਮੈਂ ਕਹਿੰਦੇ ਤੂੰ ਇੱਥੇ ਇੱਕ ਝੋਟੀ ਵੀ ਖੜ ਕੇ ਵਾ। ਉਹ ਮੇਰੀਆਂ ਮੱਝਾਂ ਮੈਂ ਨਾ ਲੈ ਕੇ ਜਾਵਾਂ, ਹੋਰ ਮੈਂ ਤੁਹਾਨੂੰ ਚੋਣਾ? ਤੇਰੀਆਂ ਮੱਝਾਂ ਤੇਰੇ ਪਿਓ ਦਾ ਰਕਬਾ, ਉਹ ਤੇਰੇ ਪਿਓ ਦਾ ਰਕਬਾ, ਚੌਰੀ ਸਫਦਰ ਦਾ ਰਕਬਾ, ਚੌਰੀ ਸਫਦਰ ਦੇ ਰਕਬੇ ਦਾ ਬੇੜਾ ਗਰਕ ਕੀਤਾ ਤੇਰੇ ਮਾਲ ਡੰਗਰ ਨੇ। ਕਿਹੜਾ ਬੇੜਾ ਗਰਕ? ਮੈਂ ਨਹੀਂ ਉੱਥੋਂ ਜਾਣ ਵਾਲਾ ਕੋਈ ਵੀ, ਉਹ ਬੇੜਾ ਗਰਕ ਤੁਹਾਡੀ ਮੈਂ ਨਹੀਂ ਉੱਥੋਂ ਜਾਣ ਵਾਲਾ ਕੋਈ ਵੀ। ਉਹ ਹੁਣ ਤੂੰ ਜਲ ਹਟਿਆ ਹੁਣ, ਉਹ ਦਾਵੜਿਆ, ਉਹ ਦਾਵੜੇ ਨੂੰ ਕਿਹੜੀ ਗੱਲੋਂ ਸੱਦਣ ਦੇ, ਮੈਂ ਲੈ ਚੱਲਾਂ। ਓਏ ਮਈਆ ਬੰਦ ਉੱਥੇ ਡੇਰੇ ਬੰਦ। ਜੱਟ ਸਾਹਿਬ ਮੈਂ ਲੈ ਚੱਲਾਂ ਮੱਝਾਂ, ਤੁਹਾਡੀ ਮਿਹਰਬਾਨੀ। ਚੌਰੀ ਸਫਦਰ ਦੀ ਇਜਾਜ਼ਤ ਤੋਂ ਬਗੈਰ ਇੱਥੇ ਚਿੜੀ ਨਹੀਂ ਉੱਪਰ ਮਾਰਦੀ। ਇੱਥੇ ਆਉਂਦਾ ਹੀ ਕੁਛ ਨਹੀਂ ਜੀ ਸਵਾਏ ਮੇਰੀਆਂ ਮੱਝਾਂ ਤੋਂ, ਉਹ ਵੀ ਤੁਹਾਡੇ ਰੰਗ ਦੀਆਂ ਤਾਂ ਆ ਜਾਂਦੀਆਂ। ਹਾਂ ਮੇਰੀ ਮਾਸੀ ਦੀਆਂ ਧੀਆਂ ਇਹ।
ਤੁਹਾਡੇ ਰੰਗ ਦੀਆਂ। ਲੈ ਮੈਨੂੰ ਅੱਜ ਪਤਾ ਲੱਗਾ ਵੀ ਤੁਹਾਡੀ ਮਾਸੀ ਦੀਆਂ ਧੀਆਂ, ਮੇਰੇ ਨਾਲ ਇਹਨਾਂ ਨੇ ਕਦੀ ਗੱਲ ਹੀ ਨਹੀਂ ਕੀਤੀ ਇਹੋ ਜਿਹੀ। ਆਪਣੀ ਜ਼ਬਾਨ ਨੂੰ ਲਗਾਮ ਦੇ, ਚੌਰੀ ਸਫਦਰ ਜੱਟ, ਸਾਰਾ ਜ਼ਿਲ੍ਹਾ ਜਾਣਦਾ ਕੌਣ ਆ। ਤੁਸੀਂ ਚੋਰ ਸਾਹਿਬ ਸਦਕਾ ਇਕੱਠਾ ਕਰਦੇ ਹੋ, ਜਿਹੜਾ ਤੁਹਾਨੂੰ ਸਾਰਾ ਹੀ ਜ਼ਿਲ੍ਹਾ ਜਾਣਦਾ। ਮੇਰੇ ਕੋਲ ਲਫੜਾ ਖਾਏਗਾ ਬੂਥੇ ਤੇ। ਇਹ ਜਿਹੜਾ ਤੁਸੀਂ ਕਮਾਦ ਬੀਜੇ ਆ ਵਾ, ਹੁਣ ਤੇ ਕਮਾਦ ਦਾ ਮੌਸਮ ਹੀ ਨਹੀਂ ਹੈਗਾ। ਅਸੀਂ ਸਾਰੇ ਕੰਮ ਹੀ ਬੇਮੌਸਮੇ ਕਰੀਦੇ ਆ, ਉਹ ਸਾਰੇ ਰਕਬੇ ਦਾ ਬੇੜਾ ਗਰਕ ਕਰਤਾ। ਉਧਰ ਮੈਂ ਜਵੀ ਲਾਈ ਆ, ਜਵੀ ਦਾ ਸਾਰੇ ਡਾਂਡੇ ਟੇਢੇ ਕਰਦੇ ਨਾਲੇ। ਤੁਸੀਂ ਆਪਣੀ ਪੂਰੀ ਨਸਲ ਦਾ ਬੇੜਾ ਗਰਕ ਕੀਤਾ ਵਾ, ਤੁਸੀਂ ਤੁਹਾਨੂੰ ਪੁੱਛਣ ਵਾਲਾ ਹੈ ਹੀ ਨਹੀਂ ਦੁਨੀਆ ਤੇ। ਆਪਣੀ ਜ਼ਬਾਨ ਨੂੰ ਲਗਾਮ ਦੇ, ਜ਼ਿਆਦਾ ਟੋਂ ਟੋਂ ਕਰਨ ਦੀ ਜ਼ਰੂਰਤ ਨਹੀਂ। ਤੁਹਾਡੀ ਮਿਹਰਬਾਨੀ, ਐਨੂੰ ਨਾ ਆਇਓ, ਮੱਝਾਂ ਡਰਦੀਆਂ। ਉਹ ਜਾਡੂ ਜਾਡੂ ਕਿਹੜਾ ਵਾ, ਉਹ ਹੁਣ ਤੂੰ ਕੰਮ ਛੱਡ ਦੇ, ਆ ਫਰੀ ਖਾਤੇ ਦਾ ਚਾਰਾ ਬਾੜਾ ਛੱਡ ਦੇ। ਉਹ ਚੁਰ ਸਾਹਿਬ ਬੜਾ ਤੁਹਾਡਾ ਇੱਥੇ ਕਮਾਦ ਖਾ ਗਈਆਂ ਵਾ, ਇੱਥੋਂ ਆ ਮਾੜਾ ਮਾੜਾ ਟਾਂਡੇ ਖਾਣ ਦੇ ਆ। ਉਰਲੀ ਸਾਈਡ ਤੋਂ ਪਰਲੀ ਪੈਲੀ ਤੁਹਾਡੀ ਬਿਲਕੁਲ ਠੀਕ ਆ, ਉਧਰ ਦਾ ਵੀ ਜਿਹੜਾ ਬੇੜਾ ਚੱਟ ਕੀਤਾ ਪਿਆ, ਇੱਧਰਲੇ ਰਕਮੇ ਦਾ ਵੀ। ਹੁਣ ਜਦੋਂ ਉਧਰ ਬੇੜਾ ਖਤਮ ਕਰਦਾ, ਹੁਣ ਇੱਧਰ ਲੈ ਆ, ਮੈਂ ਨਾ ਜਾਣ ਦੇਵਾਂ ਹੁਣ ਤੈਨੂੰ। ਤੁਹਾਡੇ ਘਰਦਿਆਂ ਨੇ ਵੀ ਤੁਹਾਨੂੰ ਮੰਨਿਆ ਸੀ, ਤੁਸੀਂ ਉਹਨਾਂ ਦਾ ਸਾਰਾ ਹੀ ਬੇੜਾ ਚੱਟ ਕੀਤਾ। ਉਹਦੇ ਨਾਲ ਕਹਿੰਦਾ ਮੰਨਿਆ, ਤੁਹਾਡੀ ਵਿਆਹ ਤਾਂ ਉਹਨਾਂ ਕੋਈ ਵਿਆਹ ਸ਼ਾਦੀ ਤਾਂ ਨਹੀਂ ਸਕਦਾ, ਤੁਹਾਡੇ ਨਿਆਣੇ ਤੁਹਾਨੂੰ ਅੱਬਾ ਪਤਾ ਨਹੀਂ ਕਿੱਦਾਂ ਕਹਿੰਦੇ ਹੋਣੇ। ਆਹ ਤੇਰੀਆਂ ਦੋ ਮਈਆਂ ਮੈਨੂੰ ਸਹੀ ਨਹੀਂ ਲੱਗਦੀਆਂ। ਆ ਜਿਹੜੀਆਂ ਇਹ ਸ਼ਰਾਰਤੀ ਆ, ਇਹਨੇ ਹੁਣ ਤੈਨੂੰ ਟੱਕਰ ਮਾਰਨੀ ਆ। ਉਹ ਹਰੇ ਆਪਣਾ ਦੋਤਰਾ ਪਛਾਣਨ ਦੇ ਹੀ ਆ, ਤੈਨੂੰ ਦੱਸਦੀ ਆ। ਦਾਵੜਾ ਆ ਜੇ, ਆਹ ਸਫਦਰ ਜੱਟ ਆ ਜਿਹੜਾ ਚੌਰੀ ਸਫਦਰ ਜੱਟ ਦੇ ਡੇਰੇ ਆ ਗਈ ਆ। ਹੁਣ ਤੁਸੀਂ ਭੁੱਲ ਜਾਓ, ਇਹ ਮਾਤੜ ਦੇ ਘਰ ਜਾਣਾ ਭੁੱਲ ਜਾਓ, ਹੁਣ ਤੁਸੀਂ ਮੇਰੇ ਡੇਰੇ ਬੱਧੀਆਂ। ਤੁਹਾਡੀ ਮਿਹਰਬਾਨੀ ਚੁਰ ਸਾਹਿਬ, ਤੁਹਾਨੂੰ ਬਹੁਤੀ ਟੈਨਸ਼ਨ ਹੈ, ਇਹਨਾਂ ਦਾ ਗੋਹਾ ਰੱਖ ਲਵੋ। ਉਹ ਚੋ ਬੜਾ ਹੀਰੇ ਜਵਾਹਰਾਤ ਨਿਕਲਦੇ ਤੁਹਾਡੇ ਗੋਹੇ ਚੋਂ ਤੁਹਾਡੇ ਨੂੰ। ਇਹ ਮੈਂ ਉੱਥੇ ਆਪਣੇ ਡੇਰੇ ਬੰਨਣੀ ਆ, ਇਹ 6 ਦਿਨਾਂ ਦਾ ਮੈਂ ਦੁੱਧ ਚੋਣਾ, ਮੇਰਾ ਖਸਾਰਾ ਪੂਰਾ ਹੋਏਗਾ। ਫੇਰ ਲੈ ਜਿਓ ਇੱਥੇ ਜਾਓ ਹੁਣ। ਚੁਰ ਸਾਹਿਬ ਤੁਹਾਡੀ ਮਿਹਰਬਾਨੀ, ਮੈਂ ਨਹੀਂ ਉਜਾੜ ਦਿੰਦਾ। ਤੁਸੀਂ ਦੁੱਧ ਦੀ ਗੱਲ ਕਰਦੇ, ਤੁਹਾਡੀ ਸ਼ਕਲ ਵੇਖ ਕੇ ਇਹਨਾਂ ਨੇ ਗੋਹਾ ਵੀ ਬੰਦ ਕਰ ਲੈਣਾ। ਮੈਂ ਤੇਰਾ ਜੇਲ੍ਹ ਬੰਦ ਕਰ ਦੇਣਾ, ਐਵੇਂ ਸਾਨੂੰ ਬੁੱਧੂ ਨਾ ਬਣਾ ਦੂ। ਉਹ ਦਾਵੜਾ ਆ ਗਿਆ ਉੱਥੋਂ, ਦਾਵੜਾ ਦੂਵੜਾ ਉੱਥੇ ਹੀ ਹੈ। ਤੁਹਾਡੀ ਮਿਹਰਬਾਨੀ ਚੁਰ ਸਾਹਿਬ, ਮੈਂ ਲੈ ਚੱਲਾਂ ਮੱਝਾਂ। ਟੈਨਸ਼ਨ ਕਿੱਥੇ ਲੈ ਚੱਲ ਤੂੰ? ਮੈਂ ਉੱਥੇ ਲੈ ਚੱਲਾਂ, ਇੱਧਰ ਨੂੰ ਨਹੀਂ ਆਉਂਦੀਆਂ ਗਾਂ। ਇਹ ਹੁਣ ਤੂੰ ਲੈ ਹਟੇ ਆ, ਇਹ ਹੁਣ 6 ਦਿਨ ਮੇਰੇ ਡੇਰੇ ਬੱਧੀਆਂ ਰਹਿਣਗੀਆਂ, ਇਹਨਾਂ ਦਾ ਮੈਂ ਦੁੱਧ ਪੀਊਂਗਾ ਵੇਚੂਗਾ। ਚੌਰੀ ਸਫਦਰ ਜੱਟ ਨੇ ਜੋ ਕਹਿਤਾ ਕਹਿਤਾ। ਤੁਹਾਡੀ ਮਿਹਰਬਾਨੀ ਚੁਰ ਸਾਹਿਬ, ਜੇ ਤੁਸੀਂ ਇਹਨਾਂ ਦਾ ਦੁੱਧ ਪੀ ਲਿਆ, ਮੈਂ ਇਹਨਾਂ ਨੂੰ ਲੈ ਕੇ ਜਾਵਾਂ, ਬਾਅਦ ਚੋਂ ਦਿਲ ਕਰੇ ਉੱਥੇ ਗਰੀਸ ਦੇਣ ਲੱਗ ਪੈਣਾ। ਮੈਂ ਇਹਨਾਂ ਨੂੰ ਦੱਸ ਕੇ ਪੀਣਾ ਵੀ ਮੈਂ ਪੀਣ ਲੱਗਾ। ਉਹਨਾਂ ਨੂੰ ਕੀ ਪਤਾ ਚੌਰੀ ਸਫਦਰ ਜੱਟ ਕੌਣ ਆ? ਇਹਨਾਂ ਨੂੰ ਪਤਾ ਹੁੰਦਾ ਤੇ ਇਹਨਾਂ ਨੇ ਇੱਥੇ ਆਉਣਾ ਹੀ ਨਾ ਸੀ। ਅੱਜ ਇਹਨਾਂ ਨੂੰ ਪਤਾ ਲੱਗ ਗਿਆ ਨਾ, ਅਗਾਂਹ ਤੋਂ ਇਹਨਾਂ ਨੇ ਇਸ ਪੈਲੀ 'ਚੋਂ ਕੁਝ ਖਾ ਗਈਆਂ, ਮੇਰੇ ਮੂੰਹ 'ਤੇ ਥੁੱਕ ਦੇ। ਮੈਂ ਹੁਣੇ ਥੁੱਕ ਦੇਣਾ, ਇਹਨਾਂ ਨੇ ਫੇਰ ਆਉਣਾ। ਚੁਰ ਸਾਹਿਬ ਮੈਨੂੰ ਪੁੱਛੋ, ਮੈਂ ਇੱਥੇ ਕਿਉਂ ਲੈ ਕੇ ਆਉਣਾ? ਕਿਉਂ ਲੈ ਕੇ ਆਉਣਾ? ਆਹ ਝੋਟੀ ਵੇਖਣ ਦੇ ਜੇ, ਕਿਹੜੀ? ਆਹ ਜਿਹੜੀ ਬਿਲਕੁਲ ਲਾ ਕੇ ਖਾਣ ਦੇ ਹੀ ਆ। ਆ ਕਬਲੀ? ਹਾਂਜੀ ਹਾਂ। ਇਹਦਾ ਕੱਟਾ ਫੌਤ ਹੋ ਗਿਆ ਚੁਰ ਸਾਹਿਬ। ਅੱਛਾ, ਤੁਹਾਡੀ ਸ਼ਕਲ ਵੇਖ ਕੇ ਜਾਂਦੀਆਂ ਤੇ ਛੇਤੀ ਦੁੱਧ ਦੇਣ ਲੱਗ ਪੈਂਦੀਆਂ ਜੀ। ਅੱਛਾ, ਤੁਹਾਡੇ ਦੁੱਧ ਪੁੱਤ ਦੀ ਖੈਰ? ਹਾਂਜੀ। ਇਹ ਕਿਹੜੇ ਕੰਮ ਲਾਤਾ ਮੈਨੂੰ? ਤੁਹਾਡੀ ਸ਼ਕਲ ਵੇਖ ਕੇ ਉਹਨੂੰ ਆਪਣਾ ਕੱਟਾ ਜਿਹੜਾ ਨਾ, ਉਹ ਯਾਦ ਨਹੀਂ ਆਉਂਦਾ ਜੀ। ਉਹਨੂੰ ਲੱਗਦਾ ਇੱਦਾਂ ਹੀ ਤੁਰਿਆ ਫਿਰਨ ਦਿਆ ਵਾ, ਉਹਨੂੰ ਇੱਦਾਂ ਹੀ ਦੇਣ 'ਚ ਆਉਂਦਾ ਵੀ ਮੇਰਾ ਕੱਟਾ ਦੋ ਪੈਰਾਂ ਵਾਲਾ ਵਾ। ਕੱਟਾ ਦੋ ਪੈਰਾਂ ਵਾਲਾ, ਚੌ ਪੈਰਾਂ ਵਾਲਾ ਹੋਵੇ। ਮੈਂ ਆਪਣੇ ਡੇਰੇ ਦੇ ਵਿੱਚ ਗੈਰ ਮਾਲ ਡੰਗਰ ਪਸੰਦ ਨਹੀਂ ਕਰਦਾ। ਆ ਵੇਖੋ, ਤੁਹਾਡੇ ਵੱਲ ਵੇਖ ਕੇ ਪਰਨ ਤੁਰ ਪਈਆਂ, ਆਪੇ ਹੀ ਤੁਰ ਪਈਆਂ ਜੀ।
ਉਹਨਾਂ ਨੂੰ ਕਹਿਣਾ ਵੀ ਨਹੀਂ ਪਿਆ। ਉਹ ਦਬਰਿਆ ਉਹ ਝੋਟੀਆਂ ਘੇਰ ਕੇ ਲੈ ਜਾ ਉਹਨੂੰ ਸਾਰੀਆਂ। ਇਹ ਉਹਨੂੰ ਚਲੇ ਗਈਆਂ ਜੀ, ਇਹ ਵੈਸੇ ਹੀ ਉਹਨੂੰ ਜਾਣ ਦਈਆਂ। ਇੱਧਰ ਵੀ ਸਾਡੇ ਡੇਰਾ ਉੱਧਰ ਬੰਨ ਲੈਂਦੇ ਆ। ਇਹ ਤੁਹਾਡੇ ਇੰਨੇ ਡੇਰੇ ਆ ਚੋਰ ਸਾਹਿਬ, ਤੁਹਾਡੀ ਨਸਲ ਕਿਹੜੀ ਆ? ਚੋਰੀ ਸਰਦਰ ਨੂੰ ਸਾਰਾ ਜੱਗ ਜਾਣਦਾ। ਮੈਂ ਆਪਣਾ ਆਪ ਦੱਸਣਾ ਨਹੀਂ ਚਾਹ ਰਿਹਾ ਤੈਨੂੰ, ਤੂੰ ਮੁੜ ਕੇ ਫੇਰਨਾ ਇੱਧਰ ਆ ਜਵੇਂ। ਆ ਤੁਸੀਂ ਆਪ ਉੱਧਰ ਨੂੰ ਭੇਜਤੀ ਆ, ਉਹ ਦਾਬਲੇ ਨੂੰ ਕਹਿ ਇਹਨੂੰ ਐਨ ਕਰ ਦੇਵੇ। ਉਹ ਦਾਬਰਿਆ ਉਹ ਮਈਆਂ ਘੇਰ ਕੇ ਲਿਆ ਇਹਨੂੰ। ਉਹ ਚਲੇ ਗਈਆਂ ਜੀ, ਪਰੇ ਚਲੇ ਗਈਆਂ ਵੇਲ ਘੇਰ ਕੇ ਲਿਆਉਂਦਾ। ਚਲੇ ਕਿੱਧਰ ਨੂੰ ਗਈਆਂ? ਐਨ ਨੂੰ ਚਲੇ ਗਈਆਂ ਜੀ, ਖੱਬੇ ਹੱਥ ਨੂੰ ਮੁੜ ਗਈ। ਸਾਡੇ ਰਕਬੇ ਚੋਂ ਚਿੜੀ ਆ ਜਾਵੇ ਅਸੀਂ ਉਹ ਨੀ ਜਾਣ ਦਿੰਦੇ। ਉਹ ਚੋਰ ਸਾਹਿਬ ਮੱਝਾਂ ਨੂੰ ਕਿਹੜਾ ਇੰਡੀਕੇਟਰ ਲੱਗਾ ਹੁੰਦਾ ਵਾ ਵੀ ਜਿਹੜਾ ਹੱਥ ਦੇ ਕੇ ਉਹਨਾਂ ਨੂੰ ਮਿਲਣਾ? ਇੰਡੀਕੇਟਰ ਕੀ ਹੁੰਦਾ? ਦਾਬਰਿਆ ਬਣਦੇ ਉੱਥੇ ਸਾਰੀਆਂ ਬਣਦੇ, ਝੋਟੀ ਇੱਕ ਵੀ ਨਾ ਜਾਵੇ। ਉਹ ਤੁਹਾਡੀ ਮਿਹਰਬਾਨੀ ਚੋਰ ਸਾਹਿਬ, ਕਿਉਂ ਮੰਨਣ ਲੱਗੇ ਜੇ ਤੁਸੀਂ? ਕਿਉਂ ਗਰੀਬ ਤੇ ਜ਼ੁਲਮ ਕਰਨ ਲੱਗੇ ਜੇ? ਜਿਹੜਾ ਤੁਹਾਡਾ ਥੋੜਾ ਬਹੁਤ ਨੁਕਸਾਨ ਹੋਇਆ ਉਹਦਾ ਤੁਸੀਂ ਮੇਰੇ ਕੋਲ ਹਰਜਾਨਾ ਭਰ ਲਓ। 6 ਪੈਲੀਆਂ ਦਾ ਕਮਾਲ ਦਾ ਬੇੜਾ ਗਰਕ ਕਰਤਾ, ਉਹ 2 ਪੈਲੀਆਂ ਦਾ ਉਹ ਚਲੀ ਜਾ ਬੇੜਾ ਗਰਕ ਕਰਤਾ। ਉਹ ਤੁਹਾਡੇ ਇਹਦੇ ਤੇਰੇ ਕੋਲ ਪੈਸੇ ਹੈਗੇ ਆ? ਲਾਇਆ ਲਾਇਆ ਜੀਲਣ ਦੇਣਾ ਜਾ ਕੇ ਕੈਨ ਭਰ ਕੇ ਆ। ਉਹ ਚੋਰ ਸਾਹਿਬ ਪੂਰਾ ਤੁਸੀਂ ਕੈਨ ਦੁੱਧ ਦਾ ਚੋਲਿਆ, ਮੈਂ ਹੁਣ ਮੱਝਾਂ ਕਿੱਦਾਂ ਚੋਣੀਆਂ ਵਾ? ਇਹਨਾਂ ਨੂੰ ਪਲਾ ਪਾਣੀ ਫੇਰ ਦੇ ਦਊ, ਇਹਨਾਂ ਕੋਲ ਦੁੱਧ ਹੀ ਕਮੀ ਆ। ਉਹ ਚੋਰ ਸਾਹਿਬ ਉਹਦੇ ਘਰ ਦੁੱਧ ਹੀ ਆਏ ਹੋਣੇ ਆ, ਉਹਨਾਂ ਦੀ ਬਾਂਹ ਲੱਗੀ ਹੋਈ ਆ ਮੇਰੇ ਵੱਲ। ਉਹ ਅੱਗੇ ਜਾ ਕੇ ਘਰਾਂ 'ਚ ਦੁੱਧ ਦਿੰਦੇ ਆ, ਮੈਂ ਉਹਨਾਂ ਨੂੰ ਕੀ ਕਵਾਂਗਾ ਹੁਣ? ਮੈਂ ਨਹੀਂ ਜਾਣ ਦੇਣਾ, ਮੈਂ ਉਹਨਾਂ ਨੂੰ ਚੂਨਾ ਭੇ ਕੇ ਦੇਣਾ ਵਾ। ਐਵੇਂ ਹੀ ਬਲੀਆਂ ਨਾ ਮਾਰੀ ਆ। ਨਾਲੇ ਤੁਹਾਨੂੰ ਦੁੱਧ ਦਾ ਕੀ ਫਾਇਦਾ ਚੋਰ ਸਾਹਿਬ? ਅਸੀਂ ਸਾਰੀ ਜ਼ਿੰਦਗੀ ਚੌਧਰ ਕੀਤੀ ਆ। ਤੁਸੀਂ ਚੌਧਰ ਨਹੀਂ ਕੀਤੀ, ਤੁਸੀਂ ਆ ਜ਼ਿਆਦਤੀ ਕੀਤੀ ਆ। ਜ਼ਿਆਦਤੀ ਤੋਂ ਮੈਨੂੰ ਤਾਂ ਲੱਗਦਾ ਪੈਲੀਆਂ ਵੀ ਤੁਸੀਂ ਇਦਾਂ ਕਿਤੇ ਕਬਜ਼ੇ ਕੁਬਜ਼ੇ ਕੀਤੇ ਆ। ਆ ਜਿੱਦਾਂ ਮੇਰੀਆਂ ਮੱਝਾਂ ਮੰਨ ਲਈਆਂ ਤੁਸੀਂ। ਚੋਰੀ ਸਬਦ ਨੇ ਕਿਸੇ ਦਾ ਹੱਕ ਨਹੀਂ ਜੇ ਖਾਧਾ ਸਾਰੀ ਜ਼ਿੰਦਗੀ? ਤੁਸੀਂ ਹੱਕ ਕਰਕੇ ਖਾਧਾ ਵਾ। ਤੁਹਾਡੀ ਮਿਹਰਬਾਨੀ ਚੋਰ ਸਾਹਿਬ, ਮੇਰੀਆਂ ਮੱਝਾਂ ਛੱਡ ਦਿਓ, ਮੇਰੇ ਤੇ ਬੁੜੇ ਨੇ ਮੈਨੂੰ ਘਰ ਨਹੀਂ ਵੜਨ ਦੇਣਾ। ਮੈਂ ਨਹੀਂ ਉਹ ਮੱਝਾਂ ਛੱਡਦਾ ਤੋਂ। ਤੁਹਾਡੀ ਮਿਹਰਬਾਨੀ ਚੋਰ ਸਾਹਿਬ, ਜਿਹਦਾ ਕੰਮ ਖਰਾਬ ਹੋਇਆ ਹੋਵੇ, ਜਿਹਦਾ ਨੁਕਸਾਨ ਹੋਇਆ ਹੋਵੇ, ਉਹ ਮੱਝਾਂ ਇੱਦਾਂ ਜਾਣ ਦਿੰਦਾ? ਇਹ ਨਹੀਂ ਉਹ ਜਾਣ ਦਿੰਦਾ ਚੋਰ ਸਾਹਿਬ। ਆ ਮੈਂ ਤੁਹਾਡੇ ਪੈਰ ਹੀ ਹੱਥ ਲਾਉਣਾ, ਤੁਹਾਡੀ ਮਿਹਰਬਾਨੀ। ਆਪਣੇ ਦਿਮਾਗ ਨੂੰ ਸਹੀ ਕਰ, ਪੈਰ ਕਿੱਥੇ ਆ, ਮੂੰਹ ਕਿੱਥੇ ਆ? ਆ ਵੇਖੋ ਮੈਂ ਤੁਹਾਡੀ ਠੋਡੀ ਹੱਥ ਲਾਉਣਾ ਚੋਰ ਸਾਹਿਬ। ਚੋਰ ਸਾਹਿਬ ਤੁਹਾਡੀ ਮਿਹਰਬਾਨੀ ਚੋਰ ਸਾਹਿਬ, ਮੈਂ ਮਾੜਾ ਬੰਦਾ ਗਰੀਬ ਆ। ਪਹਿਲੇ ਮੇਰੇ ਜਿਸਮ ਦੇ ਹਿੱਸੇ ਸਹੀ ਕਰ, ਫੇਰ ਮਈਆਂ ਚ ਲਾ ਕੇ ਜਾਈ। ਸਾਲਿਆ ਮੂੰਹ ਕਿਤੇ ਲਾਈ ਜਾਣਾ, ਪੈਰ ਕਿਤੇ ਲਾਈ ਜਾਣਾ, ਮੈਨੂੰ ਤੂੰ ਛਲੇਡਾ ਬਣਾਤਾ। ਚੋਰ ਸਾਹਿਬ ਜਿੱਥੇ ਵੀ ਤੁਹਾਡਾ ਜੋ ਜੋ ਕੁਛ ਆ, ਤੁਹਾਡੀ ਮਿਹਰਬਾਨੀ ਚੋਰ ਸਾਹਿਬ। ਆ ਵੇਖੋ ਮੈਂ ਮਾੜਾ ਬੰਦਾ ਚੋਰ ਸਾਹਿਬ, ਤੁਹਾਡੀ ਮਿਹਰਬਾਨੀ, ਮੇਰੇ ਕੋਲ ਇਹੀ ਮੱਝਾਂ ਵਾ ਚੋਰ ਸਾਹਿਬ। ਠੀਕ ਆ, ਆ ਵੇਖ ਲਓ ਚੋਰ ਸਾਹਿਬ, ਇਹ ਹੁਣ ਕੀ ਆ? ਇਹ ਜੋ ਵੀ ਆ ਚੋਰ ਸਾਹਿਬ, ਮੈਂ ਤੁਹਾਡੇ ਹੱਥ ਲਾਤਾ ਵਾ। ਇਹ ਸ਼ੁਕਰ ਕਰੋ ਮੈਂ ਤੁਹਾਡੇ ਹੱਥ ਲਾਤਾ ਵਾ, ਮੈਨੂੰ ਪੁੱਛੋ। ਠੀਕ ਆ, ਜੇ ਮਈਆਂ ਲੈ ਕੇ ਜਾਣੀਆਂ ਚਾਹੁੰਦਾ ਤੂੰ, ਉਹਦੀ ਇੱਕ ਸ਼ਰਤ ਆ। ਕੀ ਚੋਰ ਸਾਹਿਬ? 2 ਰੋਟੀਆਂ ਚੋਪੜੀਆਂ। ਹਾਂਜੀ। ਨਾਲ ਛੰਨਾ ਮੱਖਣ ਦਾ। ਹਾਂਜੀ। ਨਾਲ ਇੱਕ ਡੋਲ ਲੱਸੀ ਦਾ। ਹਾਂਜੀ। ਉਹ ਤੂੰ ਦੇ ਕੇ ਜਾਣਾ ਰੋਜ਼ 2 ਮਹੀਨੇ। ਪਤਾ ਕੀ, ਗਰਮੀਆਂ ਦੀ ਵਜ੍ਹਾ ਤੋਂ ਨਾ ਮੱਝਾਂ ਨੇ ਦੁੱਧ ਘਟਾਇਆ ਵਾ, ਮੈਂ ਸਿਰਫ ਰੋਟੀਆਂ ਤੁਹਾਨੂੰ 2 ਦੇ ਸਕਦਾ ਵਾ, ਉਹ ਮੈਂ ਤੁਹਾਨੂੰ ਵਾਰ ਕੇ ਆਪਣੇ ਤੋਂ ਦੇ ਦਿਆ ਕਰਾਂਗਾ। ਮੈਨੂੰ ਇੱਕ ਬਾਬੇ ਨੇ ਕਿਹਾ ਵੀ ਆਪਣੇ ਤੋਂ ਰੋਟੀਆਂ ਵਾਲ ਕੇ ਨਾ ਕਿਸੇ ਨੂੰ ਪਾਇਆ ਕਰ। ਉਹ ਬਾਬਾ ਫਿਰ ਸਹੀ ਨਹੀਂ ਜਿਹਨੇ ਤੈਨੂੰ ਇੰਨੀ ਅਕਲ ਦਿੱਤੀ ਆ। ਤੁਹਾਡੀ ਮਿਹਰਬਾਨੀ ਚੋਰ ਸਾਹਿਬ, ਹੋਰ ਤੁਸੀਂ ਜੋ ਕਹੋ। ਮੈਂ ਤੁਹਾਨੂੰ ਪਤਾ ਕੀ ਗੱਲ ਆ, ਛੰਨਾ ਜਿਹੜਾ ਮੱਖਣ ਦਾ ਵਾ ਤੇ ਲੱਸੀ ਤੇ ਚੋਪੜੀਆਂ, ਘਿਓ ਤੇ ਹੁੰਦਾ ਹੀ ਨਹੀਂ ਆ ਘਰ ਜੀ, ਨਹੀਂ ਤਾਂ ਮੈਂ ਤੁਹਾਨੂੰ ਤੁਹਾਡੇ ਤੋਂ ਘਿਓ ਚੰਗਾ ਵਾ। ਠੀਕ ਆ, ਫਿਰ ਡੱਬੀ ਸਿਗਰਟਾਂ ਦੀ ਵੀ ਲੈ ਕੇ ਦੇਣੀ ਆ। ਸਿਗਰਟ ਕਿਹੜੇ ਪੀਂਦੇ ਹੋ? ਐਮਸੀ ਦੇ। ਐਮਸੀ ਦੀ ਡੱਬੀ ਹੋਵੇ? ਐਮਸੀ ਦੀ ਡੱਬੀ ਨਾਲ ਮਾਚਸ ਤੀਲਾ ਦੀ ਡੱਬੀ ਵੀ ਹੋਣੀ ਚਾਹੀਦੀ ਆ। ਮੈਂ ਤੁਹਾਨੂੰ ਤੰਬਾਕੂ ਦਾ ਰਸਾ ਦੇ ਦਿਆ ਕਰਾਂਗਾ, ਉਹਨੂੰ ਭਾਵੇਂ ਪੀ ਲਿਆ ਕਰੋ ਤੇ ਭਾਵੇਂ ਉਹਨਾਂ ਫਾਹ ਲੈ ਲਿਆ ਕਰੋ ਚੋਰ ਸਾਹਿਬ। ਅਸੀਂ ਚੌਧਰ ਕੀਤੀ ਆ,
ਅਸੀਂ ਕੋਈ ਮੰਗ ਪਿੰਨ ਕੇ ਖਾਣ ਵਾਲੇ ਲੋਕ ਨਹੀਂ, ਚੌਰੀ ਸਫਦਰ ਜੱਟ, ਜਿਹਨੂੰ ਜਾ ਕੇ ਮਰਜ਼ੀ ਪੁੱਛ ਲਾ, ਸਾਡੇ ਟੌਲਾ ਪੂਰੇ ਛੱਬੀਆਂ ਪਿੰਡਾਂ ਦੇ ਵਿੱਚ। ਮੈਂ ਚੌਰ ਸਾਹਿਬ ਪੁੱਛਣਾ ਹੀ ਨਹੀਂ ਕਿਸੇ ਨੂੰ, ਮੈਨੂੰ ਉਦਾਂ ਹੀ ਫਿਰ ਜਦੋਂ ਤੂੰ ਪੁੱਛਣਾ ਨਹੀਂ ਉਹ ਭੈਣ ਦੇ ਲਿਆ ਮੇਰਾ ਸਿਰ ਖਾਈ ਜਾਂਦਾ। ਚੌਰ ਸਾਹਿਬ ਮੇਰੀਆਂ ਮੱਝਾਂ ਛੱਡ ਦਿਓ, ਮੈਂ ਮਾਈਆਂ ਤੇਰੀਆਂ ਛੱਡੂੰਗਾ, ਲੇਕਿਨ ਉਹਦੀ ਸ਼ਰਤ ਨੂੰ ਮੰਨਣੀ ਪੈਣੀ ਆ। ਕਿਹੜੀ? ਦੋ ਮੇਰੇ ਪੋਤਰੇ ਆ, ਹਾਂਜੀ, ਸਵੇਰੇ ਸਵੇਰੇ ਸਕੂਲ ਛੱਡ ਕੇ ਆਉਣੇ ਆ, ਉਹ ਜਦੋਂ ਚੀਜ਼ ਲੈ ਕੇ ਲੈਣੀ ਆ, ਜਦੋਂ ਲਿਆਉਣਾ ਸ਼ਿਕਰ ਦੁਪਹਿਰ ਹੁੰਦੀ ਆ, ਉਹਨੂੰ ਮੋਰਾਂ 'ਤੇ ਬਿਠਾ ਕੇ ਲਿਆਉਣੇ ਆ। ਨਹੀਂ ਜੇ ਮੈਂ ਮੱਝਾਂ ਨਾ ਲੈ ਕੇ ਜਾਵਾਂ ਤੇ ਤੁਸੀਂ ਮੱਝਾਂ ਨੂੰ 1-2 ਸਮਝਿਆ ਵੀ ਜੇ ਤੇ ਤੁਸੀਂ ਨਿਆਣੇ ਸਕੂਲੇ ਲੈ ਵੀ ਜਾਣੇ ਤੇ ਛੱਡ ਵੀ ਆਉਣੇ, ਉਹ ਮੱਝਾਂ ਵਾ ਚੌਰ ਸਾਹਿਬ ਬੇਜ਼ੁਬਾਨ ਹੈਗੀਆਂ, ਤੁਹਾਡੀ ਮਿਹਰਬਾਨੀ। ਬੰਦੇ ਦਾ ਪੁੱਤਰ ਬਣ, ਬੰਦੇ ਦਾ ਹੀ ਆ ਚੌਰ ਸਾਹਿਬ, ਬੰਦੇ ਦਾ ਪੁੱਤਰ ਨਾਲੇ ਕਹਿੰਦਾ ਮਨਸ਼ੇ ਦਾ। ਤੇ ਚੌਰ ਸਾਹਿਬ ਮਨਸ਼ਾ ਜਨਰੇਟਰ ਆ, ਉਹ ਵੀ ਬੰਦਾ ਹੀ ਆ, ਉਹਨੇ ਸਾਰੀ ਜ਼ਿੰਦਗੀ ਬੰਦੇ ਵਾਲੀ ਗੱਲ ਹੀ ਨਹੀਂ ਕੀਤੀ, ਉਹ ਹੈਗਾ ਬਟਰ ਫੱਕ ਬੰਦਾ। ਚੌਰੀ ਤੇਰੀ ਮਿਹਰਬਾਨੀ, ਹੁਣ ਮੱਝਾਂ ਛੱਡ ਦੇ ਚੌਰੀ, ਚੌਰੀ ਛੱਡ ਦੇ, ਤੇਰੀ ਮਿਹਰਬਾਨੀ। ਤੇਰੇ ਘਰ ਵਾਲੀ ਜਿਉਂਦੀ ਆ? ਹਾਂਜੀ। ਉਹਨੂੰ ਕਹਿ 2 ਸਾਡਾ ਆਟਾ ਗੁੰਨੇ, ਮਹਿਮਾਨ ਆਉਂਦੇ ਜਾਂਦੇ ਆ, ਆਟੇ ਦੀ ਕਮੀ ਹੁੰਦੀ ਆ, 2 ਆਟੇ ਦੇ ਵੀ ਲੈ ਕੇ ਆਵੇ ਹਫ਼ਤੇ ਦੇ। ਅਸੀਂ ਚੌਧਰੀ ਹਾਂ, ਅਸੀਂ ਕਿਸੇ ਕੋਲ ਖਾਂਦੇ ਚੰਗੇ ਲੱਗਦੇ ਹਾਂ? ਨਹੀਂ ਤੇ ਚੌਰ ਸਾਹਿਬ ਇਹ ਸਾਰਾ ਕੁਛ ਅਸੀਂ ਇਸ ਵਾਸਤੇ ਵੀ ਮੱਝਾਂ ਇੱਥੋਂ ਪੱਠੇ ਖਾ ਗਈਆਂ। ਉਹ ਮੈਂ ਇੱਥੋਂ ਮੱਝੀ ਤੇਰੀ ਇੱਕ ਵਾਰ ਨਹੀਂ ਉਜਾੜਦੇ ਨਹੀਂ, ਪੱਠੇ ਬੜੇ ਤੁਹਾਡੇ ਮੋਰਾਂ ਦੇ ਖਾ ਲਏ ਆ, ਵੀ ਤੁਹਾਨੂੰ ਖਿੱਚਾਂ ਪੈਣ ਲੱਗ ਪਈਆਂ, ਤੁਹਾਨੂੰ ਇੰਨਾ ਕੁਛ ਦੇ ਕੇ ਜਾਈਏ, ਤੁਹਾਡੀ ਮਿਹਰਬਾਨੀ ਆ। ਤੇ ਆਹ ਮਾੜੇ ਮਾੜੇ ਟਾਵੇਂ ਟਾਵੇਂ ਪੱਠੇ ਆ, ਮੈਨੂੰ ਕੀ ਪਤਾ ਸੀ ਵੀ ਤੁਸੀਂ ਇਹ ਧਨੀਏ ਦੀ ਥਾਂ ਹਾਂਡੀ 'ਚ ਪਾਉਂਦੇ ਹੋ, ਮੈਂ ਮੱਝਾਂ ਨਾ ਹੀ ਲੈ ਕੇ ਆਉਂਦਾ ਇੱਥੇ। ਮੈਨੂੰ ਜ਼ਿਆਦਾ ਖੇਖਣ ਕਰਕੇ ਨਾ ਖਾ, ਛਿੱਤਰ ਖਾਏਗਾ, ਇੱਥੇ ਦਾਵਰਾ ਹੁਣੇ ਆ ਗਿਆ, ਤੈਨੂੰ ਲੱਗ ਲੋ ਜਾਣੀ ਆ। ਤੁਸੀਂ ਮੇਰੀਆਂ ਮੱਝਾਂ ਦੇ ਦਿਓ ਚੌਰ ਸਾਹਿਬ, ਤੁਹਾਡੀ ਮਿਹਰਬਾਨੀ। ਜਾ ਆਪਣੇ ਪੇਰੂ ਆਖ ਜਾ ਕੇ, ਚੌਰੀ ਸਫਦਰ ਜੱਟ ਨੇ ਮਈਆਂ ਸਾਡੀਆਂ ਘੇਰ ਲਈਆਂ, ਉਹ ਨਹੀਂ ਜਾਣ ਦਿੰਦਾ। ਚੌਰ ਸਾਹਿਬ ਇੱਦਾਂ ਕਰੋ, ਮੈਂ ਨਾ ਤੁਹਾਨੂੰ ਨਾ ਇੱਕ ਬਿੱਲੀ ਆ ਉਹ ਦੇ ਜਾਂਦਾ ਵਾ, ਤੇ ਮੱਝਾਂ ਦੇ ਦੇ ਤੁਸੀਂ। ਉਹ ਤੇਰੇ ਤਾਏ ਦੀ ਕੁੜੀ ਜਿਹੜੀ ਬਿੱਲੀ ਆ ਉਹ ਦੇ ਕੇ ਜਾਏਗਾ, ਉਹ ਮਈਆਂ ਨਾਲੇ ਪਿਆਰੀ ਹੋ ਗਈ। ਨਹੀਂ ਨਹੀਂ ਉਹ ਜਿਹੜੀ ਗੈਲਰੀ ਤੇ ਰਹਿੰਦੀ ਆ ਉਹ ਸੂਈ ਜਿੱਥੇ ਮਰ, ਉਹ ਬੱਚਿਆਂ ਸਮੇਤ ਦੇ ਜਾਣਾ, ਉਹਨਾਂ ਨੂੰ ਵੀ ਲੱਗੂਗਾ ਵੀ ਅਸੀਂ ਨਾਨਕੇ ਆ ਗਏ। ਕੀ ਮਤਲਬ ਤੇਰਾ? ਉਹਨੂੰ ਚੋ ਕੇ ਤੇ ਤੁਸੀਂ ਚਾਹ ਬਣਾ ਲਿਆ ਕਰੋ ਚੌਰ ਸਾਹਿਬ, ਤੁਹਾਡੀ ਮਿਹਰਬਾਨੀ ਆ, ਮੱਝਾਂ ਦੇ ਦਿਓ ਚੌਰ ਸਾਹਿਬ। ਚੌਰੀ ਸਫਦਰ ਜੱਟ ਐਵੇਂ ਨਹੀਂ ਉਹ ਮੰਨਦਾ। ਚੌਰ ਸਾਹਿਬ ਪਹਿਲੀ ਆਉਣ ਵਾਲੀ ਮੈਂ ਲੋਕਾਂ ਕੋਲ ਪੈਸੇ ਲੈਣੇ ਆ, ਮੈਂ ਦੁੱਧ ਉਹਨਾਂ ਨੂੰ ਨਾ ਦਿੱਤਾ ਤੇ ਉਹਨਾਂ ਨੇ ਮੈਨੂੰ ਪੈਸੇ ਵੀ ਨਹੀਂ ਦੇਣੇ। ਚੌਰ ਸਾਹਿਬ ਇੱਥੋਂ ਮਈਆਂ ਖੜੇਗਾ ਤੇ ਉਹਨਾਂ ਕੋਲ ਪਹਿਲੀ ਤੇ ਪੈਸੇ ਲਊ, ਜਦੋਂ ਮੈਂ ਮਈ ਇੱਥੋਂ ਕੋਈ ਨਹੀਂ ਜਾਣਦਾ ਜੀ, ਤਾਂ ਪੈਸੇ ਕਿੱਥੋਂ ਲੈ ਲੈਣੇ? ਚੌਰ ਸਾਹਿਬ ਇੱਕ ਮੇਰੇ ਕੋਲ ਤੁਹਾਡੇ ਲਈ ਬੜੀ ਨਾਯਾਬ ਚੀਜ਼ ਆ। ਕਿਹੜੀ? ਚੌਰ ਸਾਹਿਬ ਜੇ ਮੈਂ ਤੁਹਾਨੂੰ ਰੰਗ ਚਿੱਟਾ ਕਰਨ ਵਾਲੀ ਕਰੀਮ ਦੇਵਾਂ ਤੇ ਮੇਰੀਆਂ ਮੱਝਾਂ ਛੱਡ ਦਿਓ? ਮੈਂ ਹਫ਼ਤਾ ਖਾਣ ਲਾ ਕੇ ਦੇਖ ਲੈਣਾ, ਜੇ ਫਰਕ ਪਿਆ ਤੇ ਮਈਆਂ ਲੈ ਜੀ, ਨਹੀਂ ਇੱਥੇ ਵਧੀਆਂ ਰਹਿਣ। ਚੌਰ ਸਾਹਿਬ ਤੁਸੀਂ ਇੱਦਾਂ ਕਰੋ ਨਾ, ਤੁਸੀਂ 2 ਲਾ ਲਵੋ ਤੇ ਮੱਝਾਂ ਮੇਰੇ ਨਾਲ ਤੋਰ ਦਿਓ, ਤੁਹਾਨੂੰ ਫਰਕ ਪਿਆ ਤੇ ਉੱਥੇ ਵੱਜੀਆਂ ਰਹਿਣਗੀਆਂ, ਨਹੀਂ ਤਾਂ ਫਿਰ ਇੱਥੇ ਬੰਨ ਲਿਓ ਤੁਸੀਂ। ਇਹ ਤੇਰਾ ਕਿੱਦਾਂ ਬਮਾਠ ਮਾਰ ਤਾਂ ਨਹੀਂ ਰਹਿੰਦਾ? ਹਾਂਜੀ ਬਮਾਠ ਮਾਰ ਆ। ਹਾਂਜੀ ਤਾਂ ਹੀ ਮੈਂ ਮੱਝਾਂ ਚਾਰਨ ਆਇਆ ਜੀ। ਇਵੇਂ ਕਰ, ਨੌਤੀ ਚੱਕ ਪਹਿਲੇ ਉਹਦਾ ਇਲਾਜ ਕਰਾ, ਮਈਆਂ ਫੇਲ ਆ ਜੀ, ਮੈਂ ਨਹੀਂ ਉਜਾੜ ਦਿੰਦਾ। ਤੁਹਾਡੀ ਮਿਹਰਬਾਨੀ ਚੌਰ ਸਾਹਿਬ, ਮੈਨੂੰ ਬੁੜੇ ਨੇ ਮੇਰੀ ਲੱਤ ਲਾ ਦੇਣੀ ਆ, ਤੁਹਾਡੀ ਮਿਹਰਬਾਨੀ ਆ ਚੌਰ ਸਾਹਿਬ। ਮੇਰੇ ਵੱਲੋਂ ਬੁੜਾ ਤੇਰਾ ਦੋਵੇਂ ਹੀ ਲੱਤਾਂ ਦੋਵੇਂ ਹੀ ਬਾਹਾਂ ਲਾ ਕੇ ਤੈਨੂੰ ਕੂਲਰ ਜਿਹਾ ਬਣਾ ਦੇ, ਮੈਂ ਤੈਨੂੰ ਕੀ ਕਰਨਾ? ਸਫਦਰ ਜੱਟ ਨੇ ਜੋ ਕਹਿਤਾ ਉਹ ਕਹਿ ਦਿੱਤਾ। ਚੌਰ ਸਾਹਿਬ ਗੱਲ ਸੁਣੋ, ਮੈਨੂੰ ਮੱਝਾਂ ਦੇ ਦਿਓ, ਸਾਡੇ ਕੋਲ ਨਾ ਇੱਕ ਸ਼ਿਕਾਰੀ ਕੁੱਤੀ ਆ, ਉਹ ਤੁਸੀਂ ਰੱਖ ਲਓ ਚੌਰ ਸਾਹਿਬ, ਉਹਦੀ ਪੂਛ ਵੀ ਵੱਡੀ ਆ, ਉਹਦਾ ਇਹ ਵੀ ਨਹੀਂ ਖਲਾਰਾ ਵੀ ਐਵੇਂ ਜਗ੍ਹਾ ਜਗ੍ਹਾ ਪੂਛ ਮਾਰਨ ਦੇ ਹੀ। ਇਹਦਾ ਮਤਲਬ ਗੰਦੀ ਜਗ੍ਹਾ ਦੀ ਬਹਿ ਜਾਂਦੀ ਆ, ਪੂਛ ਮਾਰ ਕੇ ਸਫਾਈ ਵੀ ਨਹੀਂ ਕਰ ਸਕਦੀ? ਮੈਨੂੰ ਉਹ ਕੁੱਤੀ ਨਹੀਂ ਚਾਹੀਦੀ। ਨਹੀਂ ਤੁਸੀਂ ਨਾਲ ਨਾਲ ਰਹੋ ਨਾ, ਉਹਦੇ ਐਂ ਪਰਨਾ ਮਾਰੀ ਜਾਏ, ਉਹ ਬੈਠੀ ਰਹੇ। ਮੈਂ ਕੁੱਤੀ ਦਾ ਕਾਮਾ ਬਣ ਕੇ ਰਵਾਂ, ਮੇਰੀ ਚੌਧਰਾ ਹੋ ਜਾਵੇ ਬੱਲੇ ਉਹ ਤੇਰੇ ਸਿਆਸਤਦਾਨਾਂ। ਚੌਰ ਸਾਹਿਬ ਪਿੰਡ ਤੇ ਚਰਚੇ ਹੋ ਜਾਣਗੇ ਵੀ ਚੌਰੀ ਦੇ ਆਖੇ ਕੁੱਤੀ ਵੀ ਲੱਗਣ ਦੀ ਹੈ। ਕੁੱਤੀ ਤੇ ਚਲੋ ਉਹਨੂੰ ਮਲਵਾ ਦੇਗਾ, ਆਰਟੀਫਿਸ਼ੀਅਲ ਕੱਦ ਬੁੱਤ ਕਿੱਡਾ ਉਹਦਾ।
ਚੁਰ ਸਾਹਿਬ ਏਦਾਂ ਕਿਆ ਗਾ ਚੁਰ ਸਾਹਿਬ ਪਹਿਲੇ ਤੂੰ ਇੰਜ ਇੰਜ ਕਰਦਾ ਰਿਹਾ ਤੈਨੂੰ ਪੱਠਿਆਂ ਦਾ ਮਸਲਾ ਨਹੀਂ ਚੁਰ ਸਾਹਿਬ ਜੇ ਜੰਪ ਲਾਉਂਦੀ ਹੈ ਨਾ ਖਲੋ ਕੇ ਬਿਲਕੁਲ ਤੁਹਾਡੀ ਜਿੱਡੀ ਹੋ ਜਾਂਦੀ ਹੈ ਨਹੀਂ ਮੈਨੂੰ ਛੋਟੀ ਕੁੱਤੀ ਚਾਹੀਦੀ ਹੈ ਮੈਨੂੰ ਉਹ ਜਾਨਵਰ ਚਾਹੀਦੇ ਨੇ ਜਿਹੜਾ ਮੇਰੇ ਬਰਾਬਰ ਖਲੋਵੇ ਉਹ ਨਹੀਂ ਤੁਹਾਨੂੰ ਪਸੰਦ ਮੈਨੂੰ ਨਹੀਂ ਪਸੰਦ ਚੁਰ ਸਾਹਿਬ ਮੈਂ ਨਹੀਂ ਮੈਂ ਤੇਰੀ ਕੋਈ ਵੀ ਜਾਣਦਾ ਨਹੀਂ ਚੁਰ ਸਾਹਿਬ ਮੇਰਾ ਛੋਟਾ ਮੁੰਡਾ ਵਾ ਉਹਦੀ ਫਿਰ ਨਾ ਤਿੰਨਾਂ ਟਾਇਰਾਂ ਵਾਲੀ ਸਾਈਕਲ ਆ ਠੀਕ ਆ ਉਹ ਜਿਹੜੀ ਹੁੰਦੀ ਨਹੀਂ ਉਹਦਾ ਅਗਲਾ ਟਾਇਰ ਸਿਰ ਪੈਣ ਵਾਲਾ ਪਵਾ ਲਿਓ ਤੁਹਾਡੀ ਮਿਹਰਬਾਨੀ ਉਹ ਰੱਖ ਲਓ ਤੇ ਮੱਝਾਂ ਨੂੰ ਦੇ ਦਿਓ ਹੁਣ ਤੇ ਘਾਟੇ ਦਾ ਸੌਦਾ ਨਹੀਂ ਹੈਗਾ ਤੁਹਾਡਾ ਕਿੰਨੀ ਕੁ ਦੇਰ ਹੋਈ ਆ ਸਾਈਕਲ ਲਈ ਨੂੰ ਚੁਰ ਸਾਹਿਬ ਹੁਣ ਤੇ ਮਾਸ਼ਾਅੱਲਾ ਵੱਡਾ ਹੋ ਗਿਆ ਉਹਦੇ ਬਚਪਨ ਦੀ ਆ ਫਿਰ ਸਾਈਕਲ ਦੇ ਨਾਲ ਆਪਣਾ ਬੱਚਾ ਵੀ ਇੱਥੇ ਚੜ ਜਾ ਨਹੀਂ ਲੱਗਦਾ ਤੁਸੀਂ ਕੀ ਗੱਲ ਘਰ ਜਵਾਈ ਰੱਖਣਾ ਮੇਰੇ ਕੋਲ ਥੱਪਾ ਨਾ ਖਾਈ ਘਰ ਜਵਾਈ ਰੱਖਣਾ ਤੁਸੀਂ ਮਸੱਲੀ ਅਸੀਂ ਚੋਰੀ ਜੱਟ ਆਪਣੀ ਔਕਾਤ ਦੇਖ ਮੈਂ ਨਹੀਂ ਜਾਣ ਦਿੰਦਾ ਜਾਂ ਫਿਰ ਇਸ ਤਰ੍ਹਾਂ ਕਰ ਹਾਂ ਤੇਰਾ ਪਿਓ ਕੱਪੜੇ ਕਿਹੜੇ ਪਾਵਾ ਚੁਰ ਸਾਹਿਬ ਲੇਕਿਨ ਉਹਨਾਂ ਨੇ ਕਿਹਾ ਸੀ ਕਿ ਮੇਰੇ ਮਰਨ ਤੋਂ ਬਾਅਦ ਦੇਣੇ ਆ ਕੱਪੜੇ ਸਾਡੇ ਵੱਲੋਂ ਮਰ ਗਿਆ ਉਹਦੇ ਕੱਪੜੇ ਨਹੀਂ ਹੋ ਉਹਦੀ ਕਮਾਈ ਦੇ ਕੱਪੜੇ ਲਿਆ ਕੇ ਦੇ ਜੇ ਮਈਆਂ ਇੱਥੋਂ ਖੜਨੀਆਂ ਔਰਤਾਂ ਵਾਲਾ ਸੂਟ ਆ ਜਾਂਦਾ ਤੁਹਾਨੂੰ ਰਾਣੀ ਬੁੱਧ ਵਾਲੇ ਦਿਨ ਆਖਦੀ ਸੀ ਵੀ ਜ਼ਿਲ੍ਹੇ ਵੱਲ ਜਾਣਾ ਕਿਹੜਾ ਸੂਟ ਫੁੱਲਾਂ ਵਾਲਾ ਹਾਂਜੀ ਥੱਲੇ ਥੱਲੇ ਘੇਰਾ ਬਾਰਡਰ ਫੁੱਲਾਂ ਵਾਲਾ ਵਾ ਉੱਤੋਂ ਸਾਦਾ ਵਾ ਜੀ ਕਿਹੜਾ ਆਪਣਾ ਕੱਟਣਾ ਕ ਲੱਠੇ ਦਾ ਗਰਮੀਆਂ ਹੈਗੀਆਂ ਸਾਰੀ ਗੱਲ ਆ ਉਹ ਖੱਦਰ ਦਾ ਹੀ ਆ ਜੀ ਨਹੀਂ ਖੱਦਰ ਨਹੀਂ ਉਹ ਪਾਉਂਦੀ ਖੱਦਰ ਨਹੀਂ ਪਾਉਂਦੀ ਉਹ ਫਿਰ ਚੁਰ ਸਾਹਿਬ ਕੋਈ ਸ਼ਹਿਰ ਹੈ ਗਈ ਜੇ ਮੇਰੇ ਘਰ ਤੁਹਾਨੂੰ ਮੈਂ ਮੁਰਗੀ ਦੇ ਦਿੰਦਾ ਵਾ ਦੇਸੀ ਆ ਮੁਰਗੀ ਚੰਗੀ ਗੱਭਰੂ ਬਹੁਤ ਗੱਭਰੂ ਆਂਡੇ ਦਿੰਦੀ ਆ ਜੀ ਬਸ ਉਹਦਾ ਨੁਕਸ ਇੱਕੋ ਹੀ ਆ ਆਂਡਾ ਉਹਨੇ ਬਗਾਨੇ ਘਰ ਦੇਣਾ ਜੀ ਬੱਲੇ ਉਹ ਤੇਰੇ ਐਡੇ ਜ਼ਗੀਰਦਾਰਾ ਕੀ ਹੋਇਆ ਚੁਰ ਸਾਹਿਬ ਮੁਰਗੀ ਵੀ ਦੇਣੀ ਆ ਆਂਡਾ ਕਿਸੇ ਦੇ ਘਰ ਦੇਣਾ ਜਾ ਕੇ ਹਾਂਜੀ ਹੁਣ ਚੌਧਰੀ ਸਫਦਰ ਜੱਟ ਕਿਸੇ ਦੇ ਘਰੋਂ ਆਂਡਾ ਲਿਜਾਂਦਾ ਚੰਗਾ ਲੱਗਦਾ ਮੇਰੇ ਕੋਲ ਨਹੀਂ ਦਰ ਦਰ ਮੰਗ ਹੁੰਦੇ ਆਂਡੇ ਇੱਦਾਂ ਸਗੋਂ ਤੁਹਾਡੀ ਵਾਕਫੀਅਤ ਹੋ ਜਾਏਗੀ ਤੁਹਾਨੂੰ ਲੋਕਾਂ ਦੇ ਹਾਲਾਤਾਂ ਦਾ ਵੀ ਪਤਾ ਹੋਏਗਾ ਜਦੋਂ ਘਰ ਘਰ ਜਾ ਕੇ ਤੁਸੀਂ ਆਂਡੇ ਚੁੱਕਣ ਜਾਓਗੇ ਮੈਂ ਹੁਣ ਆਪਣੇ ਡੇਰੇ ਬੈਠ ਕੇ ਫੈਸਲੇ ਕਰਾਂ ਆਂਡੇ ਮੰਗਦਾ ਫਿਰਾਂ ਉਹ ਤਾਂ ਚੌਰੀ ਸਫਦਰ ਜੱਟ ਨਾ ਹੋਇਆ ਚੌਰੀ ਆਂਡੇ ਵਾਲਾ ਹੋ ਗਿਆ ਚੁਰ ਸਾਹਿਬ ਬੱਲੇ ਉਹ ਤੇਰੇ ਜਿਹੜਾ ਵੀ ਕਵੇ ਸਫਦਰ ਆਂਡੇ ਵਾਲੇ ਵੱਲ ਜਾਣਾ ਚੁਰ ਸਾਹਿਬ ਕਿਸੇ ਦੇ ਘਰ ਦੀ ਮੁਰਗੀਆਂ ਹੋਣ ਤੁਸੀਂ ਉਹਨਾਂ ਦੇ ਵੀ ਆਂਡੇ ਚੁੱਕ ਲਿਆਇਓ ਤੁਹਾਨੂੰ ਫੜ ਵੀ ਲੈਣ ਤੁਹਾਡਾ ਕਿਹੜਾ ਉਹਨਾਂ ਨੇ ਮੂੰਹ ਕਾਲਾ ਕਰਨਾ ਉਹਨਾਂ ਦਾ ਕੁੱਕੜ ਮੇਰਾ ਡੇਲਾ ਕਰਦੇ ਮੈਂ ਕਹਿੰਦੀ ਮਾਰੂ ਮਾਸੀ ਕਹਿਣਾ ਮੈਂ ਨਹੀਂ ਕੱਢਣ ਦੇਣਾ ਆਪਣਾ ਡੇਲਾ ਹੋਰ ਚੀਜ਼ ਦੇਖ ਲਾ ਘਰ ਚੁੱਕੋ ਪਈ ਹੋਣੀ ਆ ਸੱਜਰੀ ਚੁਰ ਸਾਹਿਬ ਤੁਸੀਂ ਇੱਦਾਂ ਕਰੋ ਕੁੱਕੜੀ ਸਾਡੇ ਵੱਲ ਰਹਿਣ ਦਿਓ ਆਂਡਾ ਸਾਡੇ ਕੋਲ ਆਣ ਕੇ ਲੈ ਜਾਇਆ ਕਰੋ ਅਸੀਂ ਆਪ ਅੱਛਾ ਆਂਡਾ ਵੀ ਚੌਰੀ ਸਫਦਰ ਜੱਟ ਆਪ ਲੈਣ ਆਵੇ ਤੁਹਾਡੀਆਂ ਲੱਤਾਂ ਨੂੰ ਮੋਛੇ ਪਏ ਆ ਲਖਣ ਨਹੀਂ ਆ ਵੀ ਮਈਆਂ ਆਂਡੇ ਵੀ ਚੌਰੀ ਸਫਦਰ ਜੱਟ ਲੈਣ ਜਾਵੇ ਬੱਲੇ ਤੇਰੀ ਔਕਾਤ ਜਾਤ ਦਾ ਮਸੱਲੀ ਤੇ ਚੌਧਰੀਆਂ ਨੂੰ ਆਂਡੇ ਮੰਗਣ ਤੇ ਲਾਤਾ ਵਾਹ ਤੇਰੇ ਆਂਡੇ ਗਰਮ ਆਂਡੇ ਚੌਰੀ ਸਫਦਰ ਜੱਟ ਨਾ ਹੋਇਆ ਅੱਜ ਜਿਹੜੀ ਸੋਹਣੀ ਤੁਸੀਂ ਆਵਾਜ਼ ਲਾਈ ਆ ਤੁਸੀਂ ਗਰਮੀਆਂ 'ਚ ਵੀ ਵੇਚ ਲੈਣੀ ਔਰ ਨਹੀਂ ਓਏ ਸਾਡੇ ਉੱਥੇ ਡੇਰੇ ਲੰਘਦਾ ਹੁੰਦਾ ਦਿੱਤ ਦਾ ਮੁੰਡਾ ਉਹ ਇੱਦਾਂ ਆਵਾਜ਼ ਲਾਉਂਦਾ ਹੋਰ ਕੋਈ ਘਰ ਦੇ ਵਿੱਚ ਚੀਜ਼ ਦੇਖ ਲਾ ਮਈਆਂ ਖੜਨੀਆਂ ਮੈਂ ਹੁਣ ਤੈਨੂੰ ਆਖਰੀ ਵਾਰਨਿੰਗ ਦੇ ਰਿਹਾ ਚੁਰ ਸਾਹਿਬ ਫਿਰ ਟੀ ਵੀ ਘਰ ਪਿਆ ਇੱਕ ਉਹ ਜਿਹੜਾ ਬਾਰੀ ਅੱਗੇ ਉਹ ਬੰਦ ਨਹੀਂ ਹੋ ਜਾਂਦੀ ਉਹਦੇ ਵਿੱਚ ਅੰਦਰ ਸ਼ੀਸ਼ਾ ਸ਼ੂਸ਼ਾ ਸਕਰੀਨ ਟੀ ਵੀ ਵਾਲੀ ਕੋਈ ਸ਼ੈ ਨਹੀਂ ਉਹ 'ਚ ਤੁਸੀਂ ਆਪਣੀਆਂ ਜੁੱਤੀਆਂ ਕੱਪੜੇ ਰੱਖ ਲਿਓ ਉਹ ਕਦੋਂ ਦਾ ਲਿਆ ਤੁਸੀਂ ਟੀ ਵੀ ਜਿਹੜੀ ਕੱਖ ਵੀ ਨਹੀਂ ਹੈ ਵਿੱਚ ਉਦੋਂ ਸਿਰਫ ਤਿੰਨ ਚੈਨਲ ਆਉਂਦੇ ਸੀ ਜਦੋਂ ਦਾ ਸਾਡੇ ਕੋਲ ਟੀ ਵੀ ਆ ਹੋਰ ਕੋਈ ਘਰ ਦੇ ਵਿੱਚ ਚੀਜ਼ ਪਈ ਹੋਵੇ ਫਿਰ ਸਾਡੇ ਦਾਦੇ ਦਾ ਇੱਕ ਖੁੱਸਾ ਵਾ ਚੁਰ ਸਾਹਿਬ ਨੋਕ ਵਾਲਾ ਅੱਛਾ ਨਹੀਂ ਨੋਕ ਵਾਲਾ ਖੁੱਸਾ ਸਾਨੂੰ ਪਸੰਦ ਆ ਚੁਰ ਸਾਹਿਬ ਤੁਹਾਨੂੰ ਪਸੰਦ ਆ ਹਾਂ ਲਓ ਫਿਰ ਚੁਰ ਸਾਹਿਬ ਗੱਲ ਬਣ ਗਈ ਉਹ ਖੁੱਸਾ ਤੁਹਾਨੂੰ ਮੈਂ ਲਿਆ ਦਿੰਦਾ ਵਾਂ ਖੁੱਸਾ ਲਿਆ ਦੇ ਪਰ ਉਹਦਾ ਨਾ ਇੱਕੋ ਪੈਰ ਆ ਇੱਕ ਪੈਰ ਜਿਹੜਾ ਨਾ ਉਹ ਨਹਿਰ 'ਚ ਨਹਾਉਣ ਲੱਗਿਆ ਨਾ ਦਾਦਾ ਜੀ ਦਾ ਗੁਆਚ ਗਿਆ ਸੀ
ਤੇ ਤੁਸੀਂ ਇੱਕ ਪੈਰ ਲੱਭ ਲਿਓ, ਪਿੰਡ 'ਚ ਕਿਸੇ ਨਾਲ ਰਲ ਹੀ ਜਾਣਾ ਵਾ, ਜਾਂ ਆਪਣੀ ਇੱਕ ਲੱਤ ਲਵਾ ਲਿਓ ਚੋਰ ਸਾਹਿਬ। ਬੱਲੇ 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 ਚੋਰ ਸਾਹਿਬ, ਇੱਕ ਲੱਤ ਤੇਰੇ ਦਾਦੇ ਦਾ ਇੱਕ ਪੈਰ 'ਚ ਕੂਸਾ ਪਾ ਕੇ ਤੇ ਚੌਰੀ ਇੰਜ ਫਿਰੇ ਬੱਲੇ, ਉਹ ਤੇਰੇ ਐਡਾ ਤੂੰ ਸ਼ਾਹੂ ਕਰ ਸਕੀ। ਚੋਰ ਸਾਹਿਬ ਇੱਕ ਲੱਤ ਤੇ ਜਾਓਗੇ ਤੁਸੀਂ ਫੌਤਗੀ ਵਾਲੇ ਘਰ ਵੀ ਲੁੱਡੀ ਪਾਉਂਦੇ ਆ ਜਾਣਾ, ਤੁਹਾਨੂੰ ਲੋਕੀ ਕਹਿਣਗੇ ਵੀ ਸਰਦਰ ਜੱਟ ਦੀ ਕਿਆ ਬਾਤ ਆ। ਮੈਨੂੰ ਨੀ ਗੁੱਸਾ ਚਾਹੀਦਾ ਚੋਰ ਸਾਹਿਬ, ਮੈਂ ਆਪ ਉੱਤੋਂ ਚਿਸ਼ਤੀਆਂ ਮਨ ਜੋ ਮੰਗਾ ਲੂੰਗਾ। ਹੁਣ ਮੇਰੀ ਆਖਰੀ ਗੱਲ ਸੁਣ ਲਾ। ਹਾਂਜੀ ਚੋਰ ਸਾਹਿਬ। ਹੋਰ ਕੋਈ ਘਰ ਦੇ ਵਿੱਚ ਮਹਿੰਗੀ ਚੀਜ਼ ਪਈ ਆ ਦੱਸ ਦੇ, ਨਹੀਂ ਮਈਆਂ ਮੈਂ ਨਹੀਂ ਜਾਣ ਦੇਣੀਆਂ। ਚੋਰ ਸਾਹਿਬ ਨਲਕਾ ਹੈਗਾ ਵਾ ਘਰ ਦੇ ਵਿੱਚ ਨਾ, ਕਿਉਂਕਿ ਉਹ ਬੋਰ ਛੱਡ ਗਿਆ ਸੀ ਤੇ ਨਲਕਾ ਬਿਲਕੁਲ ਸਮਝੋ ਨਵਾਂ ਹੀ ਆ, ਬਸ ਤੁਹਾਨੂੰ ਉੱਤੋਂ ਉੱਤੋਂ ਵੈਲਡ ਕਰਾਉਣਾ ਪੈਣਾ ਵਾ ਕਿਉਂਕਿ ਉਹ ਗਲ ਗਿਆ ਸੀ। ਉਹਦਾ 150 ਤੁਹਾਨੂੰ ਲੈਣਾ ਦੇਣਾ ਪੈਣਾ, ਤੇ ਤੁਸੀਂ 150 ਲੈ ਕੇ ਮੈਨੂੰ ਮੱਝਾਂ ਦੇ ਦਿਓ ਚੋਰ ਸਾਹਿਬ। ਮੈਂ ਨਹੀਂ ਜਾਣ ਦਿੰਦਾ, ਕੋ ਕਹਿਣ ਦੁੱਧ ਵਾਲਾ ਕਰ ਪਿਆ। ਦੁੱਧ ਵਾਲਾ ਚੋਰ ਸਾਹਿਬ? ਦੁੱਧ ਵਾਲਾ ਨਹੀਂ ਜੀ, ਇਹ ਮੱਝਾਂ ਦਿੰਦੀਆਂ 4-5 ਕਿਲੋ ਆ, ਬਾਲਟੀ ਪਈ ਆ ਇੱਕ। ਕਦ ਸਿਲਵਰ ਦੀ ਆ ਸਟੀਲ ਦੀ ਆ? ਚੋਰ ਸਾਹਿਬ ਸਿਲਵਰ ਦੀ ਆ। ਨਹੀਂ ਸਿਲਵਰ ਦੀ, ਸਟੀਲ ਦੀ ਚਾਹੀਦੀ ਆ। ਹੋਰ ਕੀ ਪਿਆ ਚੋਰ ਸਾਹਿਬ? ਦਾਦੀ ਮੇਰੀ ਦੀ ਐਨਕ ਆ ਚੋਰ ਸਾਹਿਬ, ਉਹਦੇ 'ਚ ਸ਼ੀਸ਼ੇ ਪਤਾ ਕਿੱਡੇ ਮੋਟੇ ਲੱਗੇ ਆ, ਆਹ ਸੂਰਜ ਦੇ ਸਾਹਮਣੇ ਕਰਕੇ ਭਾਵੇਂ ਥੱਲਿਓਂ ਸਿਗਰ ਲਾ ਲਓ ਚੋਰ ਸਾਹਿਬ, ਸਾਰੀ ਜ਼ਿੰਦਗੀ ਤੁਹਾਡਾ ਮਾਚਸ ਦਾ ਰੌਲਾ ਮੱਕਿਆ। ਤੁਹਾਡੇ ਘਰ ਤੇ ਵੈਸੇ ਹੀ ਬੜਾ ਸੇਕ ਹੁੰਦਾ ਕਿਉਂਕਿ ਤੁਸੀਂ ਆਪ ਜੀ ਘਰ ਹੁੰਦੇ ਹੋ। ਅਸੀਂ ਸੌਂਫ ਦਾ ਇਸਤੇਮਾਲ ਕਰਦੇ ਹਾਂ ਜ਼ਿਆਦਾ, ਸਾਨੂੰ ਅੱਖਾਂ ਦਾ ਕੋਈ ਮਸਲਾ ਨਹੀਂ। ਐਨਕ ਆਪਣੇ ਕੋਲ ਰੱਖ, ਮੈਨੂੰ ਨਾ ਕਿਸੇ ਗੱਲਾਂ ਬਾਤਾਂ 'ਚ ਨਾ ਲਾ। ਹਾਂਜੀ, ਮਈਆਂ ਤੇਰੀਆਂ ਹੋ ਗਈਆਂ ਜ਼ਬਤ, ਉਹ ਮੈਂ ਉਹ ਦਾਬਰੇ ਨੇ ਬੰਨ ਛੜੀਆਂ ਦੇ ਰਹੇ। ਜੇ ਕੋਈ ਘਰ ਦੇ ਵਿੱਚ ਹੋਰ ਮਹਿੰਗੀ ਚੀਜ਼ ਹੈ ਤਾਂ ਦੇ ਜਾ, ਜੇ ਨਹੀਂ ਹੈ ਇੱਥੋਂ ਨਿਕਲ ਜਾ, ਤਿੱਤਰ ਬਿੱਤਰ ਹੋ ਜਾ। ਫਿਰ ਚੋਰ ਸਾਹਿਬ ਇੱਕ ਗੱਲ ਆ ਜੀ, ਮੱਝਾਂ ਤੁਸੀਂ ਬੰਨੀ ਰੱਖੋ, ਮੈਂ ਸਵੇਰੇ ਸਵੇਰੇ ਆ ਕੇ ਚੋਲਿਆ ਕਰੂੰਗਾ, ਸ਼ਾਮ ਨੂੰ ਆਣ ਕੇ ਚੋਲਿਆ ਕਰੂੰਗਾ, ਇਹਨਾਂ ਨੂੰ ਪੱਠੇ ਵੀ ਤੁਸੀਂ ਪਾਓ ਤੇ ਤੁਸੀਂ ਬੰਨੋ, ਬਸ ਸਾਨੂੰ ਦੁੱਧ ਲੈ ਕੇ ਜਾਣ ਦਿਆ ਕਰੋ ਚੋਰ ਸਾਹਿਬ। ਇੰਨੀ ਕੁ ਮੰਨ ਲਓ ਹੁਣ ਤੁਹਾਡੀ ਮਿਹਰਬਾਨੀ ਹੈ, ਜੇ ਤੁਸੀਂ ਇੰਨੀ ਵੀ ਨਾ ਮੰਨੋ ਤੇ ਤੁਸੀਂ ਕਾਹਦੇ ਚੋਰੀ ਜੇ। ਗੱਲ ਤਾਂ ਤੇਰੀ ਮੇਰੇ ਗਵੇੜ 'ਚ ਆ ਰਹੀ ਹੈ। ਹਾਂਜੀ, ਕਿ ਮਈਆਂ ਇੱਥੇ ਵਧੀਆ ਰਹਿਣ। ਹਾਂਜੀ, ਤੂੰ ਸਵੇਰੇ ਐਵੇਂ ਚੋ ਕੇ ਲੈ ਜਵੇਂ। ਹਾਂਜੀ, ਸ਼ਾਮੀ ਐਵੇਂ ਚੋ ਕੇ ਲੈ ਜਵੇਂ। ਬਿਲਕੁਲ ਚੋਰ ਸਾਹਿਬ, ਨੂੰ ਤੁਸੀਂ ਨਵਾਉਣਾ ਵੀ ਆਪ ਹੀ ਆ, ਪੱਠੇ ਵੀ ਆਪ ਪਾਉਣੇ ਆ, ਉੱਤੇ ਖਲ ਚੌਕਰ ਵੰਡਾ ਸਾਰਾ ਕੁਝ ਰਲਾ ਕੇ ਮਿਕਸ ਕਰਕੇ ਆਪ ਹੀ ਦੇ ਦਿਆ ਕਰਨਾ ਵਾ। ਰਹੀ ਗੱਲ ਦੁੱਧ ਦੀ, ਉਹ ਅਸੀਂ ਲੈ ਜਾ ਕਰਾਂਗੇ, ਉਹਦਾ ਕੋਈ ਰੌਲਾ ਨਹੀਂ, ਅਸੀਂ ਤੁਹਾਨੂੰ ਐਡੀ ਖੇਚਲ ਵੀ ਨਹੀਂ ਦੇਣੀ ਚੋਰ ਸਾਹਿਬ। ਮਈਆਂ ਨਹਾਈਏ ਵੀ ਅਸੀਂ, ਹਾਂਜੀ ਪੱਠਾ ਦੱਥਾ ਵੀ ਅਸੀਂ ਪਾਈਏ ਜੀ, ਆ ਉਹਨਾਂ ਨੂੰ ਖੁਲਾਈਏ ਪਲਾਈਏ ਵੀ ਅਸੀਂ। ਹਾਂਜੀ, ਉਹ ਫਿਰ ਮਈਆਂ ਤਾਂ ਨਾ ਹੋਈਆਂ, ਮਈਆਂ ਤਾਂ ਨਾ ਹੋਈਆਂ, ਸਾਡੀ ਫੁੱਫੀ ਦੀਆਂ ਧੀਆਂ ਹੋਈਆਂ। ਫੁੱਫੀ ਦੀਆਂ ਧੀਆਂ ਨੂੰ ਆਪ ਨੂੰ ਆਉਂਦੇ ਚੋਰ ਸਾਹਿਬ? ਆਪਣੀ ਜਵਾਨ ਨੂੰ ਲਗਾਉਂਦੇ? ਮੈਂ ਵੈਸੇ ਪੁੱਛਿਆ ਜੀ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ। ਹਾਂਜੀ, ਚੌਰੀ ਸਫਦਰ ਜੱਟ ਬੇਵਕੂਫ ਤੇ ਹੈ, ਲੇਕਿਨ ਐਡਾ ਬੇਵਕੂਫ ਨਾ ਬੜਾ ਕਿ ਸਾਰਾ ਮਾਲ ਡੰਗਰ ਸਾਂਭੀਏ ਅਸੀਂ, ਦੁੱਧ ਲਾਜਮੇ ਤੂੰ ਨਿਕਲ ਜਾ, ਤੂੰ ਆਪਣੇ ਕਿਸੇ ਵੱਡੇ ਨੂੰ ਲੈ ਗਿਆ ਰੋਂਦਾ ਫੈਸਲਾ ਲੈਣ ਨੂੰ। ਚੌਰੀ ਤੇਰੇ ਤੇ ਟ੍ਰਾਂਸਫਾਰਮ ਡਿੱਗੇ, ਉਹ ਤੈਨੂੰ ਅੱਗ ਵੀ ਛੇਤੀ ਪੈ ਜਾਣੀ ਆ, ਆ ਤੇਰਾ ਬੇੜਾ ਗਰਕ ਜੇ, ਤੇਰੀ ਇੱਕ ਲੱਤ ਰਹਿ ਜੇ, ਦੂਜੀ ਲੱਤ ਨੂੰ ਵੈਸੇ ਪੋਲੀ ਹੋ ਜੇ ਕਿਤੇ।